सरकारी टीचर लग्या दे दा कोई काम कर लग गया नौकरी नौकरी चाबी मिलना तो इत्थे रहेगी फड़ाई माता लेट कराई जाने तुसीं मैं भी लेट हो रही हां पैसे मम्मी तू वीरे नू बहुत सिर चढ़ रखिया कोई गल मनदा ही नहीं हैगा ओहो मैं दस हूँ पुत की करा मैं हूँ बहर मुंडिया कुंडिया रहा जो जहाँ देखता हो जा करता मैं हूँ की करा फिर की होना हूँ तेरे सामने मैंने कहा नहीं है तेन तो ऐ लगता भी मेरे ना फर्क रख दी है हूँ तेरे सामने कहा मैं तेरा तो वो वध कर दी हाँ मैं फिर भी तू मूँह फैला के बह जानी है मेरे नाल मम्मी मैनू एक्टिवा लैके दो ठीक है ना मैं खुद ही चली जावा करांगी कोई गल नहीं मैं तेरे पापा कह दूंगी ठीक है वो लैके दे देंगे चल दें गुरविंदर के भैन तो रखड़ी बना के लिया चार साल हो गए ठीक है बाहर ही रहा जी मैं कदे गेड़ा भी नहीं मारिया ना फोन ते गल हुई चल चल दें जाने जस्सा वो आ गया जस्से वो की हाल है गुरविंदर तेरा वधिया वधिया कई दिन हो गए नहीं तेनू ओए हाँ कई दिन हो गए यार मैनू आए नू अपने कहीं चलिया सीगा ओ मैं रखड़ी बनाने चलिया सीगा अच्छा हाँ मैं भी कहा गुड्डी ने की रखने खा सी रखे ने प्लेट जी जा ओए हो रहा तू तो बंदा बना भी आया मेरी वेट भी नहीं की फिर मैं बनाया मैनू की ना तू वो तेन मैं दस दा
ਮੈਂ ਤਾਂ ਭੁੱਲੀ ਬੈਠਾ ਸੀਗੇ ਵਿੱਚ ਰੱਖੜੀ ਆ। ਤੈਨੂੰ ਪਤਾ ਬਾਹਰੋਂ ਆਉਣਾ ਜਦੋਂ ਸਮਾਨ ਸਮੂਨ ਲਿਆਉਣਾ ਪੈਂਦਾ ਕਈ ਵਾਰੀ ਇੱਕ ਆਹ ਮੀਂਹ ਜੇ ਨਹੀਂ ਹਟਦੇ ਹੈਗੇ ਬਾਈ। ਹੋਰ ਯਾਰ ਮੀਂਹ ਨੇ ਤਾਂ ਲਹੂ ਪੀ ਰੱਖਿਆ। ਮੈਨੂੰ ਤਾਂ ਨਾ ਰਾਹ 'ਚ ਬੱਬੂ ਮਿਲ ਗਿਆ। ਅੱਛਾ ਉਹ ਮੈਨੂੰ ਕਹਿੰਦਾ ਮਹਾਂ ਨਵੇਂ ਕੱਪੜੇ ਕਿੱਧਰ ਪਾਈ ਫਿਰਦਾ। ਕਹਿੰਦਾ ਮੈਂ ਤਾਂ ਰੱਖੜੀ ਬਣਾ ਕੇ ਲਿਆ। ਅੱਛਾ ਮੈਨੂੰ ਫੇਰ ਯਾਦ ਆਇਆ, ਫੇਰ ਆਇਆ ਮਹਾਂ ਮੈਂ ਤਾਂ ਭੈਣ ਕੋਲ ਚੱਲਦਾ ਰੱਖੜੀ ਬਣਾ ਕੇ ਲਿਆਉਣਾ ਅੱਜ ਮਹਾਂ। ਮਹਾਂ ਪਤਾ ਨਹੀਂ ਯਾਰ ਕਿਸੇ ਚੀਜ਼ ਦਾ ਗੁੱਸਾ ਹੀ ਨਾ ਹੋਵੇ। ਓਏ ਉਹ ਆਪਣੇ ਬੁੜਿਆਂ ਦੀ ਲੜਾਈ ਤੀ, ਤੂੰ ਇੰਨਾ ਫਿਕਰ ਨਾ ਕਰਿਆ ਕਰ। ਓਏ ਯਾਰ ਐਂ ਕੀ ਹੁੰਦਾ ਤਾਂ ਚੱਲਦੀ ਰਹਿੰਦੀਆਂ ਨੇਗੀਆਂ। ਉਹੀ ਤਾਂ ਗੱਲ ਹੈ, ਤੈਨੂੰ ਪਤਾ ਮੈਂ ਬਾਹਰੇ ਗਿਆ ਹੋਇਆ ਤੀ ਹੁਣ ਆਇਆ 4 ਸਾਲਾਂ ਤੋਂ। ਉਹੀ ਤਾਂ ਗੱਲ ਹੈ, ਆਪਾਂ ਤਾਂ ਵਰਤਿਆ ਕਰਾਂ ਨਾਲੇ, ਮੈਂ ਵੀ ਬਾਹਰ ਆ ਰਿਹਾ ਤੇਰੇ ਨਾਲ ਨਾਲ। ਆ ਜੀ ਠੀਕ ਹੈ, ਹੁਣ ਕਿੱਧਰ ਚੱਲਿਆ? ਉਹ ਮੈਂ ਤਾਂ ਇੱਥੇ ਜਾ ਕੇ ਆਉਣਾ, ਤੂੰ ਬਣਾ ਲਿਆ ਰੱਖ ਕਰੀਆਂ ਪੈਣਾ। ਹਾਂ ਹਾਂ ਡਿੱਕਣ ਲੈ ਰਹੀ ਹੈ ਗੁੱਡੀ। ਚੱਲ ਠੀਕ ਹੈ, ਚੰਗਾ ਮੈਂ ਜਾਂਦਾ। ਚੰਗਾ ਛੇਤੀ ਜਾ। ਉਹ ਸਤਿ ਸ਼੍ਰੀ ਅਕਾਲ ਮਾਸੀ। ਸਤਿ ਸ਼੍ਰੀ ਅਕਾਲ ਵੀਰੇ, ਕੀ ਹਾਲ ਹੈ? ਠੀਕ ਹੈ ਠੀਕ ਹੈ। ਅੱਜ ਮੈਂ ਤੁਹਾਡੀ ਵੇਟ ਕਰਦੀ ਪਈ ਸੀਗੀ, ਮੈਂ ਲੈ ਕੇ ਬੈਠੀ ਹੋਈ ਸੀ ਨਾ ਰੱਖੜੀ ਵੀਰੇ ਦੇ। ਲੈ ਬੰਦੇ ਮੇਰੇ ਹੀ ਬੰਦੇ। ਰੁਕ ਜਾ ਕੁੜੀਏ, ਰੱਖੜੀ ਨਹੀਂ ਮਿਲਣੀ। ਕਿਉਂ ਮੰਮੀ? ਮੈਂ ਤੈਨੂੰ ਜਿਹੜੀ ਗੱਲ ਕਹਿਤੀ ਕਹਿਤੀ ਮੈਨੇ। ਮੰਮੀ ਮੈਂ ਤਾਂ ਬੰਨੂੰਗੀ ਰੱਖੜੀ। ਤੈਨੂੰ ਮੇਰੀ ਕਹੀ ਗੱਲ ਸਮਝ ਨਹੀਂ ਲੱਗਦੀ ਹੈਗੀ? ਕਿਉਂ ਕੀ ਗੱਲ ਹੋ ਗਈ ਮਾਸੀ? ਬਸ ਜਿਹੜਾ ਸੋਹਣਾ ਹੋਇਆ ਵਿਆਹ, ਤੁਹਾਨੂੰ ਪਤਾ ਹੀ ਹੈ। ਮੰਮੀ ਮੈਂ ਤਾਂ ਬੰਨੂੰਗੀ ਰੱਖੜੀ, ਤੂੰ ਚੁੱਪ ਕਰਕੇ ਬੈਠਣਾ। ਮਾਸੀ ਲੜਾਈ ਤਾਂ ਪਹਿਲਾਂ ਦੀ ਆ, ਮੇਰੇ ਨਾਲ ਕੀ ਤੁਹਾਡਾ ਰੌਲਾ ਹੈਗਾ? ਪਹਿਲਾਂ ਦੀ ਆ ਚਾਹੇ ਹੁਣ ਦੀ ਆ, ਮੈਂ ਤੁਹਾਡੇ ਨਾਲ ਵਰਤਣਾ ਹੀ ਨਹੀਂ ਹੈਗਾ ਜਦੋਂ। ਮਾਸੀ ਐ ਨਹੀਂ ਕਰਦੇ ਹੁੰਦੇ, ਮੈਂ ਤਾਂ ਤੁਹਾਡੇ ਨਾਲ ਜੋੜ ਕੇ ਰੱਖਣਾ ਚਾਹੁੰਦਾਗਾ। ਕਿੰਨੀ ਵਾਰੀ ਭੈਣ ਨੂੰ ਫੋਨ ਲਾਇਆ, ਤੁਸੀਂ ਕੱਟ ਦਿੰਦੇ ਹੋਗੇ। ਮੈਂ ਬਾਹਰੇ ਗਿਆ ਹੋਇਆ ਸੀਗਾ, ਹੁਣ ਰੱਖੜੀ ਬਣਾਉਣ ਆਇਆ 4 ਸਾਲਾਂ ਤੋਂ, ਤੁਸੀਂ ਹੁਣ ਐਂ ਕਰ ਰਹੇ ਹੋਗੇ। ਮੰਮੀ ਸ਼ਰੀਕ ਤੁਹਾਡੇ ਹੋਣਗੇ, ਸਾਡੇ ਨਹੀਂ ਹੈਗੇ। ਮੈਂ ਤਾਂ ਵੀਰੇ ਦੇ ਰੱਖੜੀ ਬਣਾਉਂਦੀ। ਦੇਖ ਮੇਰੀ ਗੱਲ ਸੁਣ ਲੈ, ਇਹਨਾਂ ਨੇ ਸਾਡਾ ਕੱਖ ਨਹੀਂ ਛੱਡਿਆ ਹੈਗਾ ਅੱਜ ਤੱਕ, ਠੀਕ ਹੈ? ਅੱਜ ਤੱਕ ਤਾਂ ਸਾਡੇ ਪੈਰਾਂ ਨੂੰ ਬੋਂਦੇ ਆਏ ਨੇ, ਹਲੇ ਤੂੰ ਕਹਿੰਦੀ ਰੱਖੜੀ ਬੰਨਣੀ ਆ। ਮੈਂ ਇਹਦੇ ਮੰਮੀ ਮੈਂ ਤਾਂ ਬੰਨੂੰ। ਤੈਨੂੰ ਪਤਾ ਕੀ ਕੁਛ ਹੋਇਆ ਪਿਆ ਪਹਿਲਾਂ? ਮੰਮੀ ਤੁਸੀਂ ਪੁਰਾਣੀਆਂ ਗੱਲਾਂ ਕਿਉਂ ਫੜ ਕੇ ਬੈਠ ਜਾਂਦੇ ਹੋ? ਮੈਂ ਪੁਰਾਣੀਆਂ ਗੱਲਾਂ ਨਹੀਂ ਲੈ। ਚੱਲ ਕੋਈ ਨਾ ਭੈਣੇ, ਤੂੰ ਨਾ ਬੋਲ। ਹੋਇਆ ਮੈਂ ਉਹ ਦੱਸਦੀ ਹਾਂ। ਚੱਲ ਕੋਈ ਨਾ ਮਾਸੀ, ਪਹਿਲਾਂ ਦੀਆਂ ਗਲਤੀਆਂ ਵਾਸਤੇ ਮੈਂ ਮਾਫੀ ਮੰਗ ਲੈਣਾ, ਫਿਰ ਕੀ ਗੱਲ ਹੋਊਗੀ? ਮਸਾਂ ਤਿਉਹਾਰ ਆਉਂਦਾ ਹੈਗਾ ਰੱਖੜੀ ਬੰਨਣ ਦਾ, ਮੈਂ ਤਾਂ ਭੈਣ ਤੋਂ ਰੱਖੜੀ ਬਣਾਉਣ ਆਇਆ ਤੇ ਇਹਨੇ ਚਾਹ ਨਾਲ। ਚੱਲ ਕੁੜੀ ਉੱਠ ਜਾ, ਕਾਲਜ ਨੂੰ ਤੂੰ ਲੇਟ ਹੋਣੀ। ਮਾਸੀ ਗਲਤ ਦੱਸ ਦਿਓ, ਗੱਲ ਕੀ ਹੋ ਗਈ? ਤੁਹਾਨੂੰ ਪਤਾ ਹੀ ਆ ਭਾਈ ਗੱਲਾਂ ਦਾ, ਕਿਹੜਾ ਅੱਜ ਦੀਆਂ ਨੇ। ਅੱਜ ਤੱਕ ਤਾਂ ਸਾਡੇ ਕੋਈ ਕਿਸੇ ਨੇ ਦੁੱਖ ਸੁੱਖ ਚਾ ਕੇ ਦੇਖਿਆ ਨਹੀਂ ਵੀ ਕੀ ਹੋ, ਕਿਵੇਂ ਮਰਦੇ ਹੋ ਕਿ ਜਿਉਂਦੇ ਹੋ ਤੁਸੀਂ। ਮਾਸੀ ਮੈਂ ਮਾਫੀ ਮੰਗ ਲੈਣਾ ਉਹਨਾਂ ਵੱਲੋਂ, ਫਿਰ ਆਪਾਂ ਤਾਂ ਰਿਸ਼ਤਾ ਜੋੜ ਕੇ ਰੱਖੀਏ। ਚੱਲ ਪਹਿਲਾਂ ਨੇ ਤਾਂ ਤੋੜਤਾ ਤੋੜਤਾ, ਤੁਹਾਨੂੰ ਵੀ ਹੁਣ ਪਤਾ ਹੈਗਾ ਇਹ ਗੱਲਾਂ ਦਾ। ਜੇ ਆਪਾਂ ਇੱਕ ਦੂਜੇ ਦੇ ਪ੍ਰਤੀ ਖਾਰ ਰੱਖੀ ਜਾਵਾਂਗੇ ਫਿਰ ਅੱਗੇ ਕਿਵੇਂ ਚੱਲਾਂਗੇ ਆਪਾਂ? ਮੇਰੀ ਗੱਲ ਸੁਣ ਲਾ ਭਾਈ, ਤੇਰੀ ਮੰਮੀ ਨੇ ਕਸਰ ਨਹੀਂ ਛੱਡੀ ਅੱਜ ਤੱਕ ਸਾਡੇ ਨਾਲ, ਠੀਕ ਹੈ? ਇਹੋ ਜਿਹਾ ਕਿਹੜਾ ਨਹੀਂ ਜਿਹੜਾ ਸਾਡਾ ਉਹਦੇ ਬੁਰਾ ਨਾ ਕਰਿਆ ਹੋਵੇ। ਅਸੀਂ ਕੀ ਕਿਸੇ ਦਾ ਮਾੜਾ ਕਰਤਾ ਸੀਗਾ? ਮੈਂ ਤਾਂ ਆਪਦੇ ਬੱਚਿਆਂ ਵਰਗੇ ਹੀ ਸਮਝਦੀ ਸੀ ਸਭ ਨੂੰ, ਮੇਰੇ ਨਾਲ ਕਿਸੇ ਨੇ ਬੱਚਿਆਂ ਸਮਝਿਆ? ਤੇਰੀ ਮਾਂ ਨੇ ਅੱਜ ਤੱਕ ਕੋਈ ਤਿੱਥ ਤਿਉਹਾਰ 'ਤੇ ਕਿਸੇ ਨੇ ਮੇਰੇ ਜਵਾਕ 'ਤੇ ਭੋਰਾ ਤੁਣਕਾ ਨਹੀਂ ਧਰਿਆ ਹੋਇਆ ਹੈਗਾ, ਕਦੀ ਉਹਨਾਂ ਨੂੰ ਵੀ ਪੁੱਛ। ਚੱਲ ਕੋਈ ਨਾ ਮਾਸੀ, ਚੱਲ ਠੀਕ ਹੈ, ਚੰਗਾ ਧੰਨਵਾਦ ਤੁਹਾਡਾ, ਚੱਲ ਮੈਂ ਚੱਲਦਾ। ਯਾਰ ਉਹ ਰੱਖੜੀ ਬਣਾ ਕੇ ਮੁੜ ਵੀ ਆਇਆ, ਸਾਡੇ ਨਾਲ ਨਹਾ ਕੇ ਨਹੀਂ ਨਿਕਲਿਆ, ਮਿੰਟ ਜੀ ਮੁੜਿਆ ਰੱਖੜੀ ਬਣਾ ਕੇ। ਓਏ ਹੋਰ ਬਾਈ ਬਣਾ ਲਿਆ ਰੱਖੜੀ, ਮਿੰਟ ਜੀ ਮੁੜਿਆ ਯਾਰ। ਨਾ ਬਾਈ ਯਾਰ, ਤਾਂ ਉਹ ਅੱਜ ਭੈਣ ਨੇ ਜਾਣਾ ਸੀਗਾ ਕਾਲਜ 'ਚ। ਅੱਛਾ ਫੰਕਸ਼ਨ ਜਾ ਜਿਹਾ ਕਾਲਜ ਦਾ ਉੱਥੇ ਰੱਖੜੀ ਦਾ। ਅੱਛਾ ਅਤੇ ਉਹ ਵਗ ਗਿਆ ਉੱਧਰ, ਤਾਂ ਕਰਕੇ ਉਹ ਕਹਿੰਦੇ ਮਾਸੀ ਦੀ ਘਰੇ ਕਹਿੰਦੀ ਆਥਣੇ ਬਣਾ ਕੇ ਲਈ ਜਾ ਰੱਖੜੀ। ਮੈਂ ਚੱਲ ਆਥਣੇ ਆਏਗੇ, ਭੁੱਲ ਗਿਆ ਮੈਂ, ਮੈਨੂੰ ਯਾਦ ਨਹੀਂ ਸੀਗਾ, ਨਹੀਂ ਮੈਂ ਸਵੇਰੇ ਸਵੇਰੇ ਬਣਾ ਲਿਆਉਂਦਾ। ਅੱਛਾ ਹਾਂ, ਮੈਂ ਵੀ ਕਹਾਂ ਮੈਂ ਮਿੰਟ ਜੀ ਬਣਾ ਲਿਆ ਰੱਖੜੀ, ਸਾਡੇ ਨਾਲ ਨਿਕਲ ਕੇ ਨਹੀਂ ਆਇਆ ਹਲੇ ਨਾ ਕੇ। ਓਏ ਉਹਨੂੰ ਦੇਖ ਲਾ ਕਿੰਨੀ ਕੁ ਸਾਬਣ ਲਾਊਗਾ ਉਹ, ਦੇਖ ਕੇ ਆਉਣ ਦੇ ਉਹਨੂੰ, ਮੈਨੂੰ ਲੱਗਦਾ ਜਾਣਾ ਪਊ। ਆਹ ਡੱਬੇ ਡੱਬੇ 'ਚ ਪਹਿਲੀ ਲਿਆਂਦੇ, ਉਹ ਫਿਰ ਭੀੜ ਹੋ ਜਾਂਦੀ ਉੱਥੇ, ਮੈਂ ਤੜਕੀ ਵਗ ਗਿਆ ਸੁਨੇਹੀ। ਚੱਲ ਛੇ ਜੀ ਵਗ ਜਾਓ ਤੁਸੀਂ, ਹਾਂ ਅੱਥ ਨੂੰ ਬਣਾਓਗੇ, ਰਾਤ ਲਾ ਕੇ ਆਉਂਗੇ? ਨਾ ਮੁੜਾਂਗੇ ਅੱਜ ਅੱਥ ਨੂੰ, ਫਿਰ ਅੱਥ ਨੇ ਨਹਿਰ ਦੀ ਵਾਰੀ ਅੱਜ। ਅੱਛਾ ਹਾਂ, ਚੱਲ ਬਗ ਜੀ ਨੂੰ ਬੋਲ ਬਾਲ ਮਾਰ ਲਾ। ਨਾ ਠੀਕ ਹੈ ਬਾਈ। ਓਏ ਆ ਜਾ, ਸਦੀਆਂ ਲਾਤੀਆਂ। ਕਿਵੇਂ ਵਿਵੇਕ? ਵਧੀਆ ਬਾਈ ਵਧੀਆ। ਇੱਕ ਤਾਂ ਯਾਰ ਇੱਥੇ ਆਉਣ ਵਾਸਤੇ ਸਾਰਾ ਹੌਲੀਆ ਹੀ ਚੇਂਜ ਕਰਨਾ ਪੈਂਦਾ, ਘਰੋਂ ਕਿਹਾ ਜਿਹਾ ਨਿਕਲੇ ਤੇ ਉਰੇ ਕਿਹਾ ਜਿਹਾ ਬਣ ਗਿਆ। ਲੈ ਫਿਰ ਕੱਢ ਸਮਾਨ। ਕਿਹੜਾ ਸਮਾਨ ਆ? ਕਿਉਂ ਹੁਣ ਐਂ ਕਰੇਂਗਾ ਯਾਰ? ਓਏ ਹੈ ਹੀ ਨਹੀਂ,
यार जे तेरे लवे नहीं फिर किसे लवे भी नहीं होना करेगा यार कोई है नहीं मैं आप तरफ ही जाना बैठा देख लाया बैठा फिर करे नहीं हल किसी फोन फान ला लेंदा लावा फोन चक के भी कोई हो जेड़ा गंडू वाला उन्हूं ला लेंदा यार चकदा नहीं होगी यार तू हाई बार ऐ करदा हुंदा यार थोड़ा घंटा रख लिया एमरजेंसी भी होंगी है मरण वाला हो रहा मरण वाला साला चंगा भला तो बैठे भाई कोई हिला नहीं करता यार तू मेरा भी तू गा हिला अजदा कोई हुण मैं हिला दस कित्थों करा मैं तो आप तेरे वर्गा मैं एक घरे टाइम लवाता नहीं मैं दूजे लवे पग जाता उधर वो जदों मोदले पहुंचा उ नहीं थे वो यार मैं तो तेरे लवे आया मैं चल वो लवे चलते यार हिला तेन करना हूँ मैं हिला कितने करा चल कोई ना मैं देखता मैं पहला भैन छड्डा मेरे कॉलेज उदो बाद फिर मैं आंदे हुए करदा हल कोई बैठ उरी बैठा मैं बैठा रहा मैं आ गया छेती मुड़ी चंगा कदा गेटअप सारा चेंज करना पैंदा मैनू ना कुड़ी तो तैयार नहीं हुई अजे तक अही बैठी है तो जाना नहीं मम्मी मेरा मन नहीं कर रहा जान दा क्यों की हो गया हुण तैनूं मम्मी फिर की हुंदा सी जे वीरे दी रखड़ी बन लैन दिंदे ना मेरी गल सुन तैनूं पता इन्हां दा शरीकां दा मम्मी शरीके बाजी पहला सीगी हुण नहीं हैगी वीरा इन्ने मान नाल आया सीगा मेरे रखड़ी बनवाउण लई अज उंगली फड़दे ने कल पौंचा फड़नगे मसा खड़ा छुट्टिया ना तो तैनूं इन्हां गल्लां दा नहीं पता चल उठ उठ के जाके तैयार हो अज तो यह घरें आने लगे आ कल घर के मालक बन के बैठने इन्हों जवाकों की पता भी शरीक है की चीज़ ने हूँ तक तो मेरी एक तो मूंग दाल दे आए ने हूँ मेरे जवाकों नाल प्यार पा पा के मैनू दिखाते ने तू आप ही पक जा बस आने वाली तो हैगी आ मैं कितने पकाई करूंगा आ कहती मैनू छड्डिया ओ मैं कितने छड्ड के आऊंगा हुण तां आया धुप जो बारे धुप देखी किन्नी पैंदी आ तेरे ना रोज दे बहाने ने कदे कासका बहाना कदे कासका बहाना ओ ते मैं कि करा मैनू छड्ड आऊगी फिर की हो जाएगा मेरी गल सुन ला मैं चाबी फड़ के ना अंदर रख देने मैं तेरे मोटरसाइकिल भी नहीं देना बस ला दें पैंट 100 वध भर दियो ਚਾ ਤੂੰ ਜਾ ਕੰਮ ਕਰ ਤੂੰ ਲੈ ਕੇ ਜਾ ਇਹਨੂੰ ਕੁੜੀ ਨੂੰ ਚਲ ਆ ਯਾ ਇੱਕ ਮਿੰਟ ਵੀਰੇ ਮੈਂ ਬੁੱਕਸ ਚੱਕ ਲਾਂ ਚੱਕ ਲਿਆ ਚੱਲੇ ਧਿਆਨ ਨਾਲ ਲੈ ਕੇ ਜਾ ਇਹਨੂੰ ਲੈ ਕੇ ਜਾਣਾ ਆਉਣ ਲੱਗੇ ਤੂੰ ਕਹਿ ਦੇਂਗੇ ਇਹ ਜਾ ਕੀ ਖੜੂਗਾ ਵੀ ਚੱਲ ਮਾਸੀ ਲਵੇ ਚੱਲੀ ਅੱਜ ਨਹੀਂ ਜਾਇਆ ਜਾਂਦਾ ਕੱਲ ਨੂੰ ਚੱਲਾਂਗੇ ਓਕੇ ਮੰਮੀ ਬਾਏ ਬਾਏ ਮਾਰੇ ਭਾਈ ਜੀ ਭੈਣ ਮੇਰੀ ਏ ਕਿਉਂ ਸੱਟ ਮਰਵਾਵੀਂ ਨਾਲੇ ਮੇਰੇ ਤਾਂ ਪਹਿਲੀ ਮੋਟਰਸਾਈਕਲ ਵੱਜੇ ਬੱਤਾ ਹੋ ਰਿਹਾ ਉਦਾਂ ਹੀ ਸੱਟਾਂ ਲੱਗਦੀਆਂ ਹੈਗੀਆਂ ਕਾਹਨੂੰ ਲੱਗਦੀ ਸੱਟਾਂ ਮੇਰੇ ਬਾਰੇ ਜ਼ਿਆਦਾ ਲੱਗ ਜਾਂਦੀਆਂ ਤੂੰ ਚੱਲ ਗੇਟ ਖੋਲ ਕੇ ਨਾ ਚੱਲ ਬਾਰੇ ਬੈਠ ਧਿਆਨ ਨਾਲ ਲੈ ਕੇ ਜਾਈ ਵੀਰੇ ਉਹ ਰੋਜ਼ ਜਦੋਂ ਛੱਡ ਕੇ ਆਉਣਾ ਧਿਆਨ ਨਾਲ ਹੀ ਜਾਉਂਗਾ ਡਿੱਗ ਜਾਣਾ ਮੋਟਰਸਾਈਕਲ ਦੇ ਹਵਾ ਹੀ ਲੱਗਦੀ ਆ ਮਾੜੀ ਮੋਟੀ ਹੈ ਇਹ ਕੰਮ ਔਖਾ ਹੀ ਹੈ ਮੋਟਰ ਭਰ ਦਾਂਗੇ ਤੁਹਾਨੂੰ ਸਾਰਾ ਮੈਂ ਪੈਸੇ ਦੀ ਰਹਿੰਦੀ ਹੈ ਪਹਿਲਾਂ ਕਹਿੰਦੀ ਮੈਨੂੰ ਐਕਟੀਵਾ ਦਵਾ ਦੇ ਤੇ ਫਿਰ ਦਵਾ ਦਿੰਦੇ ਕੋਈ ਨਾ ਦਵਾ ਦੇ ਛੱਡ ਕੇ ਵੀ ਨਹੀਂ ਆਉਂਦੇ ਹੈਗੇ ਛੱਡਿਆ ਮਾਂਗੇ ਹੁਣ ਮੈਂ ਕਰਦਾ ਗੱਲ ਜਾਂ ਤਾਂ ਮੈਂ ਤੈਨੂੰ ਐਕਟੀਵਾ ਲਿਆ ਕੇ ਦਿੰਦਾ ਨਹੀਂ ਮੈਂ ਤੁਹਾਡੇ ਪ੍ਰਿੰਸੀਪਲ ਜੀ ਨੂੰ ਪੁੱਛਦਾ ਇਹ ਕਹਿੰਦਾ ਮੈਂ ਕਹਿੰਦਾ ਬੱਸ ਲਾ ਦਾਂਗੇ ਤੇ ਫਿਰ ਬੱਸ 'ਤੇ ਆ ਜਾ ਕਿੰਨੇ ਤਾਂ ਵਧੀਆ ਆ ਗਿਆ ਤੇਰਾ ਕਾਲਜ ਆ ਲੈ ਤੁਰਾਂ ਚੰਗਾ ਵੀਰੇ ਮੈਂ ਤੁਹਾਨੂੰ ਫੋਨ ਕਰਾਂਗੀ ਤੇ ਮੈਨੂੰ ਲੈ ਜਾਓ ਅੱਗੇ ਕੋਈ ਨਾ ਦੇਖਦਾ ਫੋਨ ਕਰ ਲਈ ਇੱਕ ਵਾਰੀ
नहीं मरदा पहला सोचना दी मरन बारे हुण मध्य मरे तो हो पए आ जा सारा दिन काम केड़ा निबड़दे ने खुशी भी आने वाली है भी टाइम होया पे मैं देखा भला कितने किते नहीं दिखती आँदी चल आने का टाइम होया पे नाले मैं उन्हें चाह बना देव नाले मैं उन्हें रोटी ला देव वो मुंडा भी पता नहीं कितने गया कितने नहीं ना उन्हें सारा दिन खाण दी ना पीण दी तड़के दे कपड़े पाए हुए ने ऐ नहीं है मैं कट दे मैं धो दें फिर जदी आके अग ला दंदा मैनू आ दे दो मैनू आ दे दो मैं ना वीरे नू कॉल कर दिनी हां वीरे नू कहनी हां कि मैनू आके ले जाओ चक्या वीरे ने दो मिनट रुक जानी है कॉल करते हैं कि पता बिजी हो फिर नहीं चक्या वीरे ने फोन मैं इदा करती हूँ मैं पैदल जानी हूँ ਹੋਰ ਸੁਣਾ ਫਿਰ ਕੀ ਬਣਦਾ ਉਹ ਤੂੰ ਹੋਰ ਤਾਂ ਸਰਬਾ ਬਿਆ ਕੁੜੀ ਦੇਖੋ ਕਿੰਨੀ ਘੈਂਟ ਹੈ ਬੱਬੇ ਸੋਚੋ ਘੈਂਟ ਹੈ ਪੁੱਛੇ ਫਿਰ ਚਲ ਉਹ ਪੁੱਛਦੇ ਆਂ ਆ ਜਾ ਫਿਰ ਹਾਂਜੀ ਕਿੱਧਰ ਚੱਲੇ ਕੱਲੇ ਕੱਲੇ ਤੁਸੀਂ ਕੌਣ ਸਾਨੂੰ ਹੀ ਪੜਾਉ ਦੋ ਅੱਖਰ ਪਿਆਰ ਦੇ ਛੱਡ ਦੇ ਉਹ ਬਾਹ ਛੱਡਣ ਵਾਸਤੇ ਥੋੜੀਆਂ ਬਣੀਆਂ ਛੱਡ ਦੇ ਮੈਨੂੰ ਹਣਾ ਬਾਈ ਛੱਡ ਦੇ ਹਰਕਾ ਚੜਿਆ ਭੱਜ ਵੀ ਗਏ ਕੀ ਗੱਲ ਹੋ ਗਈ ਖੁਸ਼ੀ ਕੌਣ ਸੀ ਗੇ ਵੀਰੇ ਮੈਨੂੰ ਪਤਾ ਨੀ ਮੈਨੂੰ ਛੇੜ ਰਹੇ ਸੀਗੇ ਇਹ ਮੇਰਾ ਹੱਥ ਫੜਿਆ ਇਹਨਾਂ ਨੇ ਚੱਲ ਕੋਈ ਨਾ ਤੂੰ ਟੈਨਸ਼ਨ ਨਾ ਲੈ ਮੈਂ ਆ ਗਿਆ ਹੁਣ ਨਾਲੇ ਤੂੰ ਕਿੱਧਰੋਂ ਆ ਰਹੀ ਹੈ ਹੁਣ ਵੀਰੇ ਮੈਂ ਕਾਲਜ ਤੋਂ ਘਰੇ ਜਾ ਰਹੀ ਸੀ ਗੁਰਵਿੰਦਰ ਮੈਂ ਵੀਰੇ ਨੂੰ ਕਾਲ ਕੀਤਾ ਸੀਗਾ ਉਹ ਆਇਆ ਨਹੀਂ ਚੱਲ ਕੋਈ ਨਾ ਤੂੰ ਸਾਹ ਲੈ ਲਾ ਹੁਣ ਨਹੀਂ ਮੁੜਦੇ ਹੈਗੇ ਮੈਂ ਹੈਗਾ ਨਾ ਤੇਰਾ ਭਰਾ ਕੋਈ ਨਾ ਮੈਂ ਖੜਾ ਇੱਥੇ ਆਉਣ ਦੇ ਦੁਬਾਰਾ ਇਹਨਾਂ ਨੂੰ ਨਾਲੇ ਤੂੰ ਬੈਂਡ ਬੂਣ 'ਤੇ ਲੱਗ ਜਾ ਉਹਦੇ ਸਹਾਰੇ ਨਾ ਰਹਿ ਕਈ ਵਾਰੀ ਗੁਰਵਿੰਦਰ ਨੂੰ ਜ਼ਰੂਰੀ ਕੰਮ ਪੈ ਜੇ ਫਿਰ ਅੱਜ ਤਾਂ ਮੈਂ ਆ ਗਿਆ ਤੈਨੂੰ ਬਚਾ ਲਿਆ ਜੇ ਮੈਂ ਨਾ ਆਉਂਦਾ ਫਿਰ ਸੋਚ ਕੀ ਬਣਦਾ ਤੇਰੇ ਨਾਲ ਹੈਂ ਚੱਲ ਕੋਈ ਨਾ ਜਾ ਤੈਨੂੰ ਮੈਂ ਘਰੇ ਛੱਡ ਦਿੰਦਾ ਗਾ ਬਹਿ ਜਾ ਅੱਗੇ ਤਾਂ ਨਾ ਐਵੇਂ ਇਕੱਲੀ ਆਈ ਠੀਕ ਹੈ ਆਹੋ ਜਾਂ ਤਾਂ ਬੈਨ 'ਤੇ ਲੱਗ ਜਾ ਉਹਨੂੰ ਕਿਹਾ ਕਰ ਗੁਰਵਿੰਦਰ ਨੂੰ ਵੀ ਛੱਡ ਕੇ ਜਾਊਗਾ ਤੈਨੂੰ ਠੀਕ ਹੈ ਹਾਂਜੀ ਅੰਦਰ ਤਾਂ ਆ ਜਾਓ ਚਲੋ ਤੁਸੀਂ ਮੈਂ ਫੋਨ ਜਾ ਰਿਹਾ ਸੀਗਾ ਫੋਨ 'ਤੇ ਗੱਲ ਕਰਿਆ ਮੈਂ ਆ ਜਾਓ ਵੀਰੇ ਪਾਣੀ ਪੀ ਲਓ ਆ ਗਿਆ ਹੈਲੋ
आ गई मेरा पुत। की हो गया, तू नी घबराई हुई क्यों अज? मम्मी हाँ, मैं कॉलेज तो आ रही सी, कुछ मुंडे मेरा पीछा कर रहे सी, उन्होंने मैनू ना हाँ उन्होंने मेरे नाल जबरदस्ती करने की कोशिश की। मम्मी तैनू कुछ करा तो नहीं? मम्मी मैं ठीक हाँ। हाँ जो सारा ना होंगे ना अज पता नहीं मेरे नाल की हो जाता। मम्मी देख ला अज तो सवेरे रखड़ी बननी है मुंडे दे, देख ला तेनू कि बचा के लैके आया। गुरविंदर कितने आ होना? मम्मी हाँ गुरविंदर नहीं, हाँ गुरविंदर वीरे ने बहुत कॉल की कि मैनू लैके जा। फिर होर तेनू कॉल लेके आया मैनू जसवीरे ने। जसवीरे ने कितने आ हुण? जसवीरा हाय मेरी धी है। जसवीरा कितने आ हुण? वीरा बाहर खड़े। जस ने बचाया? हाँ जी मम्मी। गुरविंदर पहुंचया नहीं उत्थे? नहीं मम्मी मैं बहुत फोन किए वीरे नू। जस कितने आ उन्हूं बुला? मम्मी वीरा बाहर खड़े होया। जा बुला जस वीरे। वीरे वीरे मम्मी बुला रहे थानु अंदर। सत श्रीकाल पुत, तू तो अज मेरी लाज रख ली मेरा पुत। कोई ना मासी, ये मेरी भी भैन हैगी, फिर किड्डी गल होगी। पुत मैं सवेरे तेरे नाल वधिया सलूक नहीं किया, इहदे करके मैनू माफ कर दे मेरा पुत। ਉਹ ਵੱਡੇ ਛੋਟਿਆਂ ਤੋਂ ਮਾਫੀ ਥੋੜੀ ਮੰਗਦੇ ਹੁੰਦੇ ਨੇਗੇ, ਛੋਟੇ ਮੰਗਦੇ ਹੁੰਦੇ ਨੇ। ਲੈ ਇਹਦੇ ਰੋਣ ਵਾਲੀ ਕੀ ਗੱਲ ਆ, ਉਹ ਤਾਂ ਉਹੀ ਰੋਣ ਲੱਗ। ਚੁੱਪ ਕਰ ਜਾ, ਚੁੱਪ ਕਰ ਜਾ, ਚੁੱਪ ਕਰ ਜਾ। ਜਸ ਤੈਨੂੰ ਪਤਾ ਕੁੜੀਆਂ ਦਾ ਬਗਾਨਾ ਤਾਂ ਹੁੰਦੀਆਂ ਨੇ। ਤੂੰ ਵੀ ਮੇਰੇ ਮਾਮਾ ਵਰਗੀ ਹੈਗੀ। ਅੱਜ ਮੇਰੀ ਧੀ ਦੀ ਲਾਜ ਰੱਖੀ ਹੈ ਮੇਰੇ ਪੁੱਤ ਨੇ, ਤੂੰ ਵੀ ਮੇਰਾ ਪੁੱਤ ਆ। ਜਾ ਕੁੜੀਏ ਇਹਦੇ ਵੀਰੇ ਦੇ ਰੱਖੜੀ ਬੰਨ, ਚੱਲ ਲੈ ਕੇ ਜਾ। ਆ ਜਾ ਜਸ, ਇੱਥੇ ਬਹਿ ਨਾ, ਆਪਾਂ ਬਾਰੇ ਬਾਰੀ ਲੈ ਜਾ। ਕੋਈ ਨਾ ਜਾ ਪੁੱਤ, ਚੱਲ ਅੰਦਰ ਆ ਜਾ। मेरा गिफ्ट तो तुम ही खा ला, सारा ना पाई जानी है। ਇਹਦੇ ਨਾਲ ਹੀ ਸੱਜਣਾ ਵੀਰੇ, ਹਾਂ ਮੈਨੂੰ ਗਿਫਟ ਚਾਹੀਦਾ। ਬੋਲ ਕੀ ਚਾਹੀਦਾ? ਮੈਨੂੰ ਐਕਟੀਵਾ ਚਾਹੀਦੀ ਹੈ। ਉਹ ਕੋਈ ਨਾ, ਤੂੰ ਬਗਤ ਲਈ ਮੇਰੇ ਨਾਲ ਤੈਨੂੰ ਐਕਟੀਵਾ ਦਵਾ ਦੇਵਾਂਗਾ, ਤੂੰ ਕਿਰਾ ਫੜ ਜਾ। ਪੱਕਾ ਵੀਰੇ? ਠੀਕ ਹੈ, ਥੈਂਕ ਯੂ ਵੀਰੇ, ਵੈਲਕਮ। ਜਿਉਂਦਾ ਰਹੇ ਮੇਰਾ ਪੁੱਤ, ਜਮਾਨੀਆ ਮਾਣੇ। ਬਾਕੀ ਪੁੱਤ ਮੇਰੀ ਗੱਲ ਸੁਣ, ਮੈਨੂੰ ਨਾ ਸਵੇਰ ਵਾਸਤੇ ਮਾਫ਼ ਨਾ ਨਾ ਕੋਈ ਗੱਲ ਨਹੀਂ ਮਾਸੀ, ਮਾਫ਼ੀ ਦੀ ਤਾਂ ਲੋੜ ਹੀ ਨਹੀਂ ਹੈਗੀ। ਮੈਂ ਤੁਹਾਡਾ ਪੁੱਤ ਹੀ ਹੈਗਾ, ਮੈਂ ਆਪਦੇ ਪੁੱਤ ਨੂੰ ਝਿੜਕ ਰਹੀ ਆ, ਪੁੱਤ ਗੁੱਸਾ ਥੋੜ੍ਹੀ ਕਰਦਾ ਹੁੰਦਾ ਹੈਗਾ। ਨਾਲੇ ਤਾਂ ਮੇਰੀ ਭੈਣ ਹੈ, ਸਕਿਆਂ ਨੂੰ ਵੀ ਵੱਧ ਹੈ। ਕੋਈ ਗੱਲ ਨਹੀਂ, ਸਕੂਟਰੀ ਮੈਂ ਤੈਨੂੰ ਦਵਾ ਲਿਆਉਂਗਾ, ਐਡੀ ਕਿੱਡੀ ਗੱਲ ਹੈ, ਆਪਦੇ ਪਰਿਵਾਰ ਵਾਸਤੇ ਕਮਾਉਂਦੇ ਹਾਂ। ਦੇਖ ਪੁੱਤ, ਢਿੱਡ ਦਾ ਜੰਮਿਆ ਤਾਂ ਉੱਥੇ ਪਹੁੰਚਿਆ ਨਹੀਂ। ਲੋਕ ਕਹਿੰਦੇ ਆ ਸਰੀਕ ਸਰੀਕ ਨਹੀਂ ਹੁੰਦੇ ਪੁੱਤ, ਉਹ ਵੀ ਆਪਣੇ ਪੁੱਤ ਹੁੰਦੇ ਨੇ। ਮੈਨੂੰ ਤਾਂ ਅੱਜ ਮੇਰੀ ਅੱਖਾਂ ਖੁੱਲ੍ਹੀਆਂ ਨੇ, ਤੇਰੇ ਵਰਗੇ ਪੁੱਤ ਘਰ ਘਰ ਜੰਮਣ। ਚੱਲ ਕੋਈ ਨਾ ਮਾਸੀ, ਗੁਰਵਿੰਦਰ ਕੀ ਪਤਾ ਕਿੰਨੀ ਕੁ ਮੁਸੀਬਤ 'ਚ ਫਸ ਰਿਹਾ ਹੋਊਗਾ ਵਿਚਾਰਾ, ਜਿਹੜਾ ਉਹਨੇ ਫੋਨ ਨਹੀਂ ਚੱਕਿਆ। ਇਹ ਵੀ ਗੱਲ ਠੀਕ ਹੈ ਪੁੱਤ। ਹਾਂਜੀ ਸਤਿ ਸ਼੍ਰੀ ਅਕਾਲ ਜੀ ਦੋਸਤੋ, ਕੀ ਹਾਲ ਚਾਲ ਆ ਤੁਹਾਡਾ? ਅਤੇ ਜੇ ਤੁਹਾਨੂੰ ਸਾਡਾ ਇਹ ਪਾਰਟ ਵਧੀਆ ਲੱਗਿਆ ਤਾਂ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰ ਦਿਓ। ਜਿਨ੍ਹਾਂ ਨੇ ਚੈਨਲ ਸਬਸਕ੍ਰਾਈਬ ਨਹੀਂ ਕੀਤਾ, ਨੀਚੇ ਰੈੱਡ ਕਲਰ ਦਾ ਬਟਨ ਹੈ, ਸਬਸਕ੍ਰਾਈਬ ਕਰ ਦਿਓ। ਅਤੇ ਆਪਣਾ ਇੰਸਟਾ ਅਤੇ ਫੇਸਬੁੱਕ ਪੇਜ ਵੀ ਹੈਗਾ, ਥੱਲੇ ਲਿੰਕ ਆ, ਉਹਨੂੰ ਵੀ ਜਾ ਕੇ ਫੋਲੋ ਕਰ ਲਓ। ਅਤੇ ਜੇ ਕਿਸੇ ਫੀਮੇਲ ਮਾਡਲ ਨੇ ਕੰਮ ਕਰਨਾ ਹੋਵੇ ਤਾਂ ਥੱਲੇ ਦਿੱਤੇ ਗਏ ਨੰਬਰਾਂ 'ਤੇ ਕੰਟੈਕਟ ਕਰ ਸਕਦਾ। ਬਾਕੀ ਅਗਲੀ ਅਪਡੇਟ ਲਈ ਨੋਟੀਫਿਕੇਸ਼ਨ ਆਲ 'ਤੇ ਕਲਿੱਕ ਕਰ ਲਓ। ਇੱਦਾਂ ਹੀ ਸਾਡੇ ਨਾਲ ਜੁੜੇ ਰਹੋ। ਧੰਨਵਾਦ ਜੀ।